केपीडी न्यूज, हक सच और इंसाफ की आवाज। ਇੱਕ ਪਾਸੇ ਜਿੱਥੇ ਪੂਰਾ ਦੇਸ਼ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਦੇ ਦੇਹਾਂਤ ਅਤੇ ਸ਼ੋਕ ਵਿੱਚ ਡੁੱਬਿਆ ਹੋਇਆ ਹੈ ਅਤੇ ਸਰਕਾਰ ਵੱਲੋਂ ਵੀ ਇੱਕ ਦਿਨ ਲਈ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਅਤੇ ਸਿੱਖਿਆ ਸੰਸਥਾਨਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹਨਾਂ ਆਦੇਸ਼ਾਂ ਦੇ ਬਾਵਜੂਦ ਜਲੰਧਰ ਦੇ ਕਮਲ ਵਿਹਾਰ ਸਥਿਤ ਜਲੰਧਰ ਪਬਲਿਕ ਸਕੂਲ ਵਿੱਚ DJ ਲਗਾ ਕੇ ਫੰਕਸ਼ਨ ਕੀਤਾ ਜਾ ਰਿਹਾ ਸੀ। ਜਦੋਂ ਮੀਡੀਆ ਵਾਲੇ ਉੱਥੇ ਪਹੁੰਚੇ ਤਾਂ ਸਕੂਲ ਮੈਨੇਜਮੈਂਟ ਨੇ ਪ੍ਰੋਗਰਾਮ ਰੁਕਵਾ ਦਿੱਤਾ। ਜਦੋਂ ਇਸ ਸੰਬੰਧੀ ਪ੍ਰਿੰਸੀਪਲ ਸੁਰਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਫੰਕਸ਼ਨ ਪਹਿਲਾਂ ਵੀ ਇੱਕ ਦੋ ਵਾਰ ਟਾਲ ਚੁੱਕੇ ਹਾਂ ਅਤੇ ਹਰ ਵਾਰ ਅਜਿਹਾ ਕਰਨਾ ਸੰਭਵ ਨਹੀਂ ਸੀ। ਇਸ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋਣਾ ਸੀ, ਇਸ ਕਾਰਨ ਅੱਜ ਇਹ ਫੰਕਸ਼ਨ ਕਰਵਾਇਆ ਗਿਆ। ਜਲੰਧਰ ਤੋਂ ਰਵੀ ਗਿੱਲ ਅਤੇ ਜਵੇਸ਼ ਗਿੱਲ ਦੀ ਰਿਪੋਰਟ। ਠੀਕ ਹੈ, ਦੇਖੋ ਇੱਕ ਮੈਂ ਗੱਲ ਕਰਦਾ ਮੈਂ ਇਹ ਕਹਿੰਦਾ ਤੁਹਾਨੂੰ ਠੀਕ ਹੈ ਪਹਿਲਾਂ ਤੁਹਾਨੂੰ ਦੱਸਦਾ ਮੈਡਮ ਮੈਂ ਚਲੋ ਅਸੀਂ ਤੁਹਾਡੀ ਬੋਲੀ।
ਪਰ ਇਹ ਚੀਜ਼ ਹੈ ਕਿ ਆਪਣੀ ਪ੍ਰੋਬਲਮ ਦੇਖਣ ਤੋਂ ਉਹਨਾਂ ਨੂੰ ਦਿੱਤੀ ਹੈ ਕਿ ਆਹ ਸਾਡੀ ਪ੍ਰੋਬਲਮ ਅਸੀਂ ਆਲਰੇਡੀ ਡੇਟਾ ਨੂੰ ਉਹਨੂੰ ਪੋਸਟਪੋਨ ਕਰ ਚੁੱਕੇ ਹਾਂ ਅਤੇ ਅਸੀਂ ਉਸਨੂੰ ਪੋਸਟਪੋਨ ਕਰ ਚੁੱਕੇ ਹਾਂ ਕਰ ਸਕਦੇ ਹਾਂ ਸਾਡਾ ਡੇਟਾ ਵੀ ਬੜਾ ਨੁਕਸਾਨ ਹੋਇਆ ਪੰਜਾਬ ਦੇ ਸਬਜ਼ੀਆਂ ਦਾ ਵੀ ਬੜਾ ਹੋਇਆ ਜਿਹਦੇ ਨਾਲ ਕੋਈ ਚੀਜ਼ ਜਿਹੜੀ ਤੁਸੀਂ ਉਹਨਾਂ ਨੂੰ ਦਿੱਤੀ ਨਹੀਂ ਅਸੀਂ ਉਹ ਚੀਜ਼ ਦੀ ਇੱਦਾਂ ਪਰਸਨਲ ਰਿਟਰਨ ਜਿਵੇਂ ਐਵੇਂ ਮੈਂ ਕਵਾਂ ਨਹੀਂ ਦਿੱਤੀ ਹੈਗੀ ਹਾਂ ਅਸੀਂ ਉਹਨਾਂ ਨੂੰ ਮਿਲ ਸਕਦੇ ਉਹਨਾਂ ਦੀ ਨੌਲੇਜ ਵੀ ਉਹਨਾਂ ਦੀ ਨੌਲੇਜ ਵੀ ਹੋਇਆ ਜੇ ਤਾਂ ਫੰਕਸ਼ਨ ਹੋ ਰਿਹਾ ਜਾਂ ਨਹੀਂ ਹੋ ਰਿਹਾ ਤਾਂ ਉਹ ਹੀ ਰਿਕੁਐਸਟ ਕਰ ਰਹੇ ਸਾਨੂੰ 5:30 ਵਜੇ ਦਾ ਸਕੂਲ ਪਤਾ ਲੱਗ ਰਿਹਾ ਤੁਸੀਂ ਸਾਡੀ ਉਹਨਾਂ ਦੀ ਡੈਕ ਕਲੀਅਰ ਕਰ ਰਹੇ ਹੋ ਤਾਂ ਹੁਣ 6 ਵਜੇ ਅਸੀਂ ਕਿੰਨੂੰ ਲਈਏ ਕਿੰਨੂੰ ਤੋਂ ਐਂ ਨਹੀਂ ਮਿਲ ਚਲੋ ਠੀਕ ਹੈ ਇਹ ਗੱਲ ਫੋਨ ਤੋਂ ਵੀ ਗੱਲ ਕਰਦੇ ਆ ਚਲੋ ਆਓ ਪ੍ਰੋਬਲਮ ਸੀਗੇ ਵੈਸੇ ਵੀ ਅਸੀਂ ਜੇ ਨਾ ਕਰੀਏ ਤਾਂ ਸਾਡੇ ਡਰਾਈਵਰ ਕੰਡਕਟਰਸ ਦੇ ਪ੍ਰੋਬਲਮ ਸੀ ਅਸੀਂ ਸੋਲਵ ਕਰਨਾ ਹੋਣਾ ਸੈਲੀਬ੍ਰੇਸ਼ਨ ਕਰ ਰਹੇ ਹਾਂ ਜਾਂ ਕੁਛ ਇੱਦਾਂ ਸਾਨੂੰ ਦੁੱਖ ਨਹੀਂ ਉਸ ਚੀਜ਼ ਦਾ ਫਿਰ ਅਸੀਂ ਹੈਗਾ ਤੁਸੀਂ ਵੈਸੇ ਤਾਂ ਉਮਰ 'ਚ ਮੇਰੇ ਨਾਲ ਛੋਟੇ ਹੈਗੇ ਮੈਂ ਤੁਹਾਨੂੰ ਸੌਰੀ ਨਹੀਂ ਮੈਂ ਤੁਹਾਨੂੰ ਸੌਰੀ ਕਹਿ ਸਕਦੀ ਖੁਦ ਗੱਲ ਕਰ ਲੈਣਗੇ ਕੋਈ ਗੱਲ ਨਹੀਂ ਇਹ देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल के PD न्यूज़ हक सच और इंसाफ की आवाज़ आपको रखे सबसे आगे।